ਜਿਹੜਾ ਅਗਰ ਮਗਰ ਕਰਦਾ ਇਕਬਾਲ ਕਹਿੰਦਾ ਉੱਥੇ ਤੇ ਇਸ਼ਕੋ ਮਸਤੀ ਹੈ ਹੀ ਕੋਈ ਨਹੀਂ। ਇਕਬਾਲ ਕਲੰਦਰ ਲਾਹੌਰੀ ਕਹਤੇ ਹੈ ਜਮਾਲੇ ਇਸ਼ਕੋ ਮਸਤੀ ਨੈ ਨਵਾਜ਼ੀ। ਹਾਂਜੀ ਕਿਉਂ ਜੀ? ਹਜ਼ੂਰ ਦਾ ਜਮਾਲ ਵੇਖ ਕੇ ਕਿਸੇ ਅੱਖ ਦਿੱਤੀ, ਕਿਸੇ ਗਰਦਨ ਦਿੱਤੀ, ਕਿਸੇ ਪੁੱਤਰ ਦਿੱਤੇ, ਕਿਸੇ ਸ਼ੌਹਰ ਦਿੱਤੇ, ਹਾਂਜੀ ਕਿ ਸਮੁੰਦਰਾਂ ਵਿੱਚ ਘੋੜੇ ਸੁੱਟ ਦਿੱਤੇ, ਹਾਂਜੀ ਗੋਡਿਆਂ ਤੱਕ ਤਾਂ ਬੰਨ ਬੰਨ ਕੇ ਵੀ ਉਹਨਾਂ ਕਹਿ ਨਿਕਲੋ ਬਾਹਰ ਪੂਰਾ ਹਾਂ। ਜਮਾਲੇ ਇਸ਼ਕੋ ਮਸਤੀ ਨੈ ਨਵਾਜ਼, ਹਾਂਜੀ ਉੱਥੇ ਹਰ ਵੇਲੇ ਹਰ ਰੰਗ ਜੁਦਾ ਗਾਣਾ। ਔਰ ਜਲਾਲੇ ਇਸ਼ਕੋ ਮਸਤੀ ਬੇਨਿਆਜ਼, ਜੀ ਹਜ਼ਰਤ ਕਾਬ ਬਿਨ ਮਾਲਿਕ ਮਲਿਕ ਗਸਾਨ ਬੁਖਾਰੀ ਮੌਜੂਦ ਹੈ, ਖਤ ਲੈ ਕੇ ਆਇਆ ਮਲਿਕ ਗਸਾਨ ਦਾ ਬੰਦਾ, ਉਹਨੇ ਕਿਹਾ ਹਜ਼ੂਰ ਤੁਹਾਡੇ ਨਾਲ ਨਾਰਾਜ਼ ਹਨ ਤੇ ਫਿਰ ਆ ਜਾਓ ਮੈਂ ਅੱਧੀ ਬਾਦਸ਼ਾਹੀ ਦੇਂਦਾ। ਕਾਬ ਬਿਨ ਮਾਲਿਕ ਉਹ ਖਤ ਚੁੱਕ ਕੇ ਤੰਦੂਰ ਵਿੱਚ ਸੁੱਟਿਆ, ਹਾਂਜੀ ਜਲਾਲੇ ਇਸ਼ਕੋ ਮਸਤੀ ਸੁਭਾਨ ਅੱਲਾਹ ਸੁਭਾਨ ਅੱਲਾਹ। ਸਮਝ ਆਈ ਨਾ ਬਾਤ? ਹਜ਼ਰਤ ਅਬਦੁੱਲਾ ਬਿਨ ਹੁਜ਼ਾਫਾ ਅਸਾਮੀ ਨੂੰ ਰੂਮੀ ਬਾਦਸ਼ਾਹ ਨੇ ਨੱਪ ਲਿਆ, ਉਹਨੇ ਕਿਹਾ ਅੱਧੀ ਸਲਤਨਤ ਦੇਵਾਂਗਾ, ਇੰਜ ਕਰਾਂਗਾ। ਫਰਮਾਇਆ ਅੱਧੀ ਨਹੀਂ ਸਾਰੀ ਦੇ, ਫਿਰ ਸਾਰੀ ਦੇ, ਫਿਰ ਸਾਰੀ ਦੇ, ਅੱਖ ਜਪਣ ਦੀ ਦੇਰ ਵੀ ਮੈਂ ਆਪਣੇ ਨਬੀ ਨਾਲ ਬੇਵਫਾਈ ਨਹੀਂ ਕਰ ਸਕਦਾ। ਸੁਭਾਨ ਅੱਲਾਹ ਇਹ ਜਲਾਲੇ ਇਸ਼ਕੋ ਮਸਤੀ, ਸਾਰੇ ਜਹਾਨ ਦੀਆਂ ਬਾਦਸ਼ਾਹੀਆਂ ਇੱਕ ਵਾਰੀ ਨਹੀਂ ਫਰਮਾਇਆ ਕਈ ਵਾਰੀ ਦੇ, ਅੱਖ ਜਪਣਾ ਪਤਾ ਆਨੇ ਦਾ ਇੰਜ ਹੋਣਾ ਵੀ ਅੱਖ ਜਪਣਾ, ਪਰ ਮੈਂ ਆਨਾ ਇੰਜ ਤੇ ਇੰਜ ਜਿਹੜਾ ਹੁੰਦਾ ਨਾ ਇਤਨੀ ਦੇਰ ਵੀ ਮੈਂ ਆਪਣੇ ਨਬੀ ਨਾਲ ਬੇਵਫਾਈ ਨਹੀਂ ਕਰ ਸਕਦਾ। ਚਾਹ ਦੀ ਪਿਆਲੀਆਂ ਤੇ ਜਿਹੜੇ ਰੋਡਾਂ ਤੇ ਗਲੀਆਂ ਤੇ ਹਜ਼ੂਰ ਨਾਲ ਬੇਵਫਾਈ ਕੀਤੀ ਬੈਠੇ ਹੋ ਵਾਪਸ ਆਓ, ਆਜ ਲੈ ਇਨਕੀ ਪਨਾਹ। ਹਾਂ ਮੈਂ ਤੁਹਾਡੇ ਨਾਲ ਸੱਚੀ ਇਹ ਗੱਲ ਕਰ ਰਿਹਾ। ਹਾਂ ਕਬਰ 'ਚ ਸੜਕਾਂ ਦੀ ਲੋੜ ਨਹੀਂ ਹੋਣੀ, ਹਾਂ ਉੱਥੇ ਨਾ ਜਨਾਬ ਏਅਰ ਕੰਡੀਸ਼ਨ ਚੱਲਣੇ, ਨਾ ਕੋਈ ਗੱਲ ਹੋਣੀ ਨੇ। ਮੈਂ ਉਸ ਵਾਸਤੇ ਤੁਹਾਨੂੰ ਤਿਆਰ ਕਰ ਰਿਹਾ, ਜੇ ਇੱਥੇ ਤੁਹਾਨੂੰ ਰੋਟੀ ਦੀ ਲੋੜ ਹੈ ਤੇ ਏਅਰ ਕੰਡੀਸ਼ਨਰ ਦੀ ਤੇ ਸੜਕਾਂ ਦੀ ਲੋੜ ਹੈ, ਕਬਰ 'ਚ ਕੀ ਚਾਹੀਦਾ? ਬਸ ਕਬਰ 'ਚ ਇੱਕੋ ਗੱਲ ਹੈ, ਜਦੋਂ ਰਸੂਲ ਅੱਲਾਹ ਦੀ ਬਾਰਗਾਹ ਵਿੱਚ ਪੇਸ਼ੀ ਹੋਵੇ, ਇਹਨਾਂ ਦੇ ਵਾਸਤੇ ਤੇ ਆਇਆ ਮਰ ਕੇ ਪਹੁੰਚਾ ਹੂੰ ਜਹਾਂ ਇਸ ਦਿਲ ਰਵਾ ਕੇ ਵਾ। ਬਸ ਸੁਣਨਾ ਇਹ ਹੀ, ਹੋਰ ਮੈਂ ਕਦੇ ਅਸੀਂ ਕਿਹਾ ਵੀ ਸਨ ਹੁਣ ਹਜ਼ੂਰ ਦਾ ਦੀਨ ਤਖਤ ਉੱਤੇ ਲਿਆਓ, ਬਸ ਹਜ਼ੂਰ ਦਾ ਦੀਨ ਆ ਰਿਹਾ ਹੈ, ਕੌਣ ਹੈ ਜਿਹੜੇ ਹਟ ਜਾ ਪਿੱਛੇ, ਜਿਵੇਂ ਦਰਿਆ ਗਜਰਤ ਦੇ ਬਾਰੇ ਹਜ਼ਰਤ ਨੇ ਫਰਮਾਇਆ ਨਾ, ਮੈਂ ਕਿਹਾ ਰਾਹ ਦੇ ਹੋਏ ਮੁਹੰਮਦ ਅਰਬੀ ਦੇ ਸ਼ੇਰ ਆ ਰਹੇ ਤੈਨੂੰ, ਕਿਉਂ ਜੀ? ਹਜ਼ਰਤ ਉਕਬਾ ਬਿਨ ਨਾਫੇ ਜੰਗਲ ਅਫਰੀਕਾ ਦੇ ਜੰਗਲਾਂ 'ਚ ਜਦੋਂ ਰਾਤ ਪੈ ਗਈ, ਸਾਹਬਾ ਗਏ ਤੇ ਹਾਥੀ ਸ਼ੇਰ ਨੇ ਤੇ ਖਾ ਜਾਣਗੇ ਫੌਜ ਨੂੰ, ਆਪ ਟੀਲੇ ਉੱਤੇ ਚੜ ਗਏ, ਫਰਮਾਇਆ ਜਾਣਦੇ ਹੋ ਕੌਣ ਆ? ਅਸੀਂ ਰਸੂਲ ਅੱਲਾਹ ਦੇ ਗੁਲਾਮ, ਅੱਜ ਰਾਤ ਜੰਗਲ ਖਾਲੀ ਕਰਦੇ ਨਿਕਲ ਜਾ। ਸੁਭਾਨ ਅੱਲਾਹ, ਹਾਥੀ ਵੀ ਨਿਕਲ ਕੇ ਜਾ ਰਿਹਾ, ਸ਼ੇਰ ਵੀ ਨਿਕਲ ਕੇ ਜਾ ਰਿਹਾ, ਸੱਪ ਵੀ ਨਿਕਲ ਕੇ ਜਾ ਰਿਹਾ। ਮੈਂ ਕਿਹਾ ਜਨਾਬ ਜਿਹਨਾਂ ਦਾ ਨਾਂ ਤੁਸੀਂ ਲਿਆ ਅਸੀਂ ਵੀ ਜਾਣਦੇ ਹਾਂ। ਇਹ ਹਜ਼ੂਰ ਨਾਲ ਪਿਆਰ ਕਰਨਾ, ਬਸ ਕਰੋ ਬੜੀ ਹੋ ਗਈ, ਇਸ ਬਾਰੇ ਤਾਂ ਕਾਇਨਾਤ ਵਿੱਚ ਗੱਲ ਸੁਣਨੀ ਕੋਈ ਨਹੀਂ, ਬਸ ਇਸ ਬਾਰੇ ਗੱਲ ਸੁਣਨੀ ਕੋਈ ਨਹੀਂ। ਕੋਈ ਸ਼ੁਰੂ ਕਰਨਾ ਚਾਹੇ ਉਹਨੂੰ ਕਹੇ ਮੇਰੇ ਬਾਰੇ ਕਰ, ਹੋਰ ਕਾਇਨਾਤ ਦੀ ਗੱਲ ਕਰ, ਹਜ਼ੂਰ ਦੀ ਸਿਰਫ ਸ਼ਾਨ ਮੈਂ ਸੁਣ ਸਕਦਾ ਹੂੰ ਕਾਇਨਾਤ। ਹਾਂ ਤੁਸੀਂ ਕੰਨ ਬੰਦ ਕੀਤੇ ਹੁੰਦੇ ਤਾਂ ਕਾਇਨਾਤ ਵਿੱਚ ਕੋਈ ਜੰਮਦਾ ਹੀ ਕੋਈ ਨਾ ਗੁਸਤਾ। ਹਾਂ ਹਜ਼ੂਰ ਦੇ ਬਾਰੇ ਸਿਰਫ ਸ਼ਾਨ ਸੁਣਨੀ, ਹਾਂ ਸਿਰਫ ਸ਼ਾਨ ਸੁਣਨੀ ਕੀ ਜੀ? ਜਮਾਲੇ ਇਸ਼ਕੋ ਮਸਤੀ ਨਹਿ ਨਵਾਜ਼ੀ, ਔਰ ਜਲਾਲੇ ਇਸ਼ਕੋ ਮਸਤੀ ਲਗਤ ਜਮਾਲ ਲਹਜ਼ਾਬ। ਹਜ਼ਰਤ ਖੁਬੈਬ ਬਿਨ ਅਦੀ ਤਖਤਦਾਰ ਉੱਤੇ ਖੜ ਕੇ ਲਗਤ ਜਮਾਲ ਲਹਜ਼ਾਬ ਹੌਲੀ ਵਾ ਲੱਭੂ ਕਬਾਇਲਹੁਮ ਵਸਤਜਮਾਉ ਕੁੱਲਮ ਅਜਮਈ ਵਕੁੱਲੋ ਮੁਬਦਿਲਾ ਦਾਵਤ ਜਾਹਿਦੁ ਨਾਲਈਆ ਲਿਅੰਨੀ ਫੀ ਵਸਾਕਿਮ ਬਿਮੁਦਈਈ ਵਕਤ ਜਮਾਉ ਅਬਨਾਉ ਵਨਿਸਾਉਮ ਵਕੁਰਿਤੁ ਮਿਨ ਜਿਜ਼ਨ ਤਵੀਲਿਮ ਮੁਮੰਨਈ ਵਕਤ ਖਯਰੂਨੀ ਅਲਕੁਫਰ ਵਲ ਮੌਤ ਦੂਨਾ ਵਕਤ ਹਮਲਤ ਆਇਨਾ ਯਮਿਨ ਗੈਰ ਮਜਜ਼ਈ ਫਲਸਤੁ ਬਿਮੁਬਦਿਨ ਲਿਲਾ ਦੁਵਿ ਤਖਸ਼ੁਅਨ। ਸੁਭਾਨ ਅੱਲਾਹ ਸੁਭਾਨ ਅੱਲਾਹ। ਤਖਤਦਾਰ ਉੱਤੇ ਵੀ ਫਰਮਾਇਆ ਇਹ ਨਹੀਂ, ਹਾਂ ਇਹ ਸਿਰ ਇੱਕੋ ਜਗ੍ਹਾ ਝੁਕਿਆ, ਫਲਸਤੋ ਬਿਮੁਬਦਿਲ ਲਿਲਾ ਤੁਫ ਤਖਸ਼ਵਾਨ ਵਲਾ ਜਜ਼ਾਨ ਇਨੀ ਲਲਾਹ ਮਰਜਈ ਵਮਾ ਬੀ ਹਜ਼ਾਰੁਲ ਮੌਤ ਇਨੀ ਲਮੈਤੁਨ ਵਲਾਕਿਨ ਹਜ਼ਾਰੀ ਜਹਮ ਨਾਰ ਮੁਲਫਈ। ਪਰ ਮੈਂ ਮੌਤ ਕੋਲੋਂ ਨਹੀਂ ਡਰਨਾ, ਉਹ ਤੇ ਜਾਂਦੇ ਜਾਂਦੇ ਵੀ ਆ ਜਾਣੀ, ਹਾਂ ਮੌਤ ਕੋਲੋਂ ਮੈਂ ਨਹੀਂ ਡਰਦਾ। ਜਲਾਲ ਕੀ ਜੀ?
जलाल इश्को मस्ती तख्त दार उत्ते ही फरमाया है तुसी जले हो अल्लाह ना तो मेरा जिसम भी कट दिता जिंदा रहने की उम्मीद भी मुक गई ऐ मेरे जुल्म बच्चे भी लिया औरतें भी लिया या अल्लाह ऐ वेख ला मेरी जिंदा रहने की उम्मीद मुक गई लेकिन इन्होंने सामने मैं इंज नहीं करना इसलिए कि मैं दुनिया से मोहम्मद अरबी का गुलाम जा रहा हूं लबैक लबैक या रसूल अल्लाह लबैक 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 या रसूल अल्लाह लबैक लबैक लबैक।